ਦੇ ਵਿੱਚ ਦੇਖੋ ਜੀ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਇਆ ਉਹ ਬਹੁਤ ਲੋਕਾਂ ਨੇ ਪਸੰਦ ਕਰਿਆ ਹੁਣ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਬਣਾਈ ਹੈ ਜੋ ਪੁਰਾਣੀ ਹੈ 1835 ਦੀ ਲੋਕ ਇਹਨਾਂ ਨੂੰ ਬਹੁਤ ਪਸੰਦ ਕਰ ਰਹੇ ਆ ਤੇ ਜਿਹੜਾ ਕੰਮ ਹੈਗਾ ਇਹ ਵਿਲੱਖਣ ਕੰਮ ਹੈ ਮੈਂ ਧਾਗੇ ਦੇ ਨਾਲ ਤਸਵੀਰਾਂ ਬਣਾਉਣਾ ਸਿਲਾਈ ਮਸ਼ੀਨ ਦੇ ਨਾਲ ਇਹ ਜਿਹੜਾ ਆਰਟ ਹੈ ਇਹ ਮੇਰੇ ਪਹਿਲਾਂ ਮੇਰਾ ਸਟੀਚਿੰਗ ਦਾ ਕੰਮ ਸੀ ਸਟੀਚਿੰਗ ਦੇ ਕੰਮ ਦੇ ਵਿੱਚ ਮੈਂ ਆਪਣੀ ਪੇਂਟਿੰਗ ਜੋ ਮੈਂ ਸਕੈਚਰ ਸੀ ਸਕੂਲ ਟਾਈਮ ਇਹ ਦੋਨਾਂ ਨੂੰ ਜੋੜ ਕੇ ਮੈਂ ਇਹ ਆਰਟ ਬਣਾਇਆ ਇੱਕ ਵਿਲੱਖਣ ਕੰਮ ਕਰਿਆ ਤੇ ਅੱਜ ਮੈਂ ਇਹਨੂੰ ਲੋਕਾਂ ਨੂੰ ਸਿਖਾਉਣਾ ਚਾਹਨਾ ਅੱਗੇ ਤੇ ਮੈਂ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਕਿ ਮੇਰੀ ਮਦਦ ਕਰੀ ਜਾਵੇ ਕਿ ਇਸ ਆਰਟ ਨੂੰ ਮੈਂ ਪੂਰੀ ਦੁਨੀਆ ਦੇ ਅੱਗੇ ਸਿਖਾ ਪਾਵਾਂ ਜਿਸ ਤਰ੍ਹਾਂ ਗੱਲ ਕੀਤੀ ਹੈ ਬਈ ਕਿਹੜੇ ਕਿਹੜੇ ਅਵਾਰਡ ਤੁਹਾਨੂੰ ਜਿਹੜੇ ਹਾਸਲ ਕੀਤੇ ਗਏ ਨੇ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਏ ਜੀ ਜੀ ਕਿੰਨੇ ਘੰਟੇ ਮੁਲਾਕਾਤ ਹੋਈ ਜੀ ਤੇ ਕੀ ਗੱਲਾਂ ਬਾਤਾਂ ਹੋਈਆਂ ਜੀ ਦੇਖੋ ਜੀ ਉੱਥੇ ਮੈਨੂੰ ਜਦ ਉਹਨਾਂ ਨੇ ਇਨਵਾਈਟ ਕਰਿਆ ਗਿਆ ਤਾਂ ਮੈਨੂੰ ਬਹੁਤ ਵਧੀਆ ਉਹਨਾਂ ਨੂੰ ਮੇਰਾ ਕੰਮ ਲੱਗਿਆ ਤੇ ਉਹਨਾਂ ਨੇ ਮੈਨੂੰ ਇੱਕ ਘੰਟਾ ਦਿੱਤਾ ਮੇਰੇ ਨਾਲ ਪੂਰੀ ਬੈਠ ਕੇ ਗੱਲ ਕਰੀ ਮੇਰੇ ਫਾਦਰ ਸਾਹਿਬ ਐਕਸਪਾਇਰ ਕਿਵੇਂ ਹੋਏ ਕਿੱਦਾਂ ਪਰਿਵਾਰ ਚੱਲ ਰਿਹਾ ਕਿੱਦਾਂ ਉਰੇ ਤੱਕ ਪਹੁੰਚਿਆ ਕਿੰਨੀ ਮਿਹਨਤ ਕਰੀ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਮੇਰੇ ਨਾਲ ਜਿਹੜਾ ਟਾਈਮ ਬਿਤਾਤ ਕਰਿਆ ਜਿਹੜੇ ਮੈਡਮ ਨੂੰ ਉਹਨਾਂ ਨੇ ਬੁਲਾਇਆ ਸਿਮ੍ਰਿਤੀ ਰਾਣੀ ਜੀ ਨੂੰ ਉਹਨਾਂ ਨੇ ਮੇਰੇ ਨਾਲ 4 ਘੰਟੇ ਲਗਾਏ ਉਹਨਾਂ ਨੇ ਵੀ ਮੇਰੀ ਪੂਰੀ ਘਰ ਦੀ ਪੂਰੀ ਡਿਟੇਲ ਪੁੱਛੀ ਕਿ ਕਿਵੇਂ ਕਰਦੇ ਹੋ ਕਿਵੇਂ ਨਹੀਂ ਕਰਦੇ ਉਹ ਕਹਿੰਦੇ ਆ ਕਿ ਮੈਂ ਖੁਦ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਆ ਤੇ ਪਰ ਮੰਨੇ ਆ ਚੀਜ਼ ਮੰਨੇ ਵੀ ਨਹੀਂ ਕਦੀ ਦੇਖੀ ਇਹ ਵਾਕਈ ਤੋਂ ਹਟ ਕੇ ਕੰਮ ਲੈ ਕੇ ਆਇਆ ਹੋਇਆ ਬਹੁਤ ਪਸੰਦ ਕਰਿਆ ਸਿਮ੍ਰਿਤੀ ਰਾਣੀ ਜੀ ਨੇ ਵੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਬਜਟ ਵਿੱਚ ਤੁਸੀਂ ਕਈ ਜਿਹੜਾ ਅਧਿਕਾਰੀਆਂ ਨੂੰ ਮਿਲ ਚੁੱਕੇ ਹੋ ਕਈ ਮੰਤਰੀਆਂ ਨੂੰ ਮਿਲ ਚੁੱਕੇ ਹੋ ਕਿਸੇ ਨੇ ਦੀ ਬਾਹ ਫੜੀ ਹੈ ਦੇਖੋ ਜੀ ਮੈਨੂੰ ਰਾਸ਼ਟਰਪਤੀ ਪੁਰਸਕਾਰ ਵੀ ਮਿਲ ਚੁੱਕਿਆ ਮੇਰੇ ਕੋਲ 5 ਵਰਲਡ ਰਿਕਾਰਡ ਵੀ ਹੈਗੇ ਆ ਜਿਹੜਾ ਮੈਨੇ ਕੋਲ ਇਨੋਵੇਸ਼ਨ ਪੁਰਸਕਾਰ ਵੀ ਮੈਨੂੰ ਮਿਲ ਚੁੱਕਿਆ ਪਰ ਮੈਂ ਚਾਹੁੰਦਾ ਕਿ ਮੈਨੂੰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੀ ਮਿਲਿਆ ਜਿਹੜੀ ਮੇਰੀ ਸਟੇਟ ਹੈ ਉਹਦੇ ਵੱਲੋਂ ਮੈਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਪੰਜਾਬ ਸਰਕਾਰ 'ਚ ਨਾ ਮੈਨੂੰ ਕੈਪਟਨ ਸਾਹਿਬ ਦੇ ਟਾਈਮ ਮਿਲਿਆ ਨਾ ਕੋਈ ਬਾਦਲ ਸਾਹਿਬ ਦੇ ਟਾਈਮ ਨਾ ਹੁਣ ਆਮ ਆਦਮੀ ਪਾਰਟੀ ਦੇ ਕੋਈ ਟਾਈਮ ਨਾ ਕੋਈ ਪੁੱਛ ਰਿਹਾ ਕਿਉਂਕਿ ਜਦ ਆਪਾਂ ਮਿਲਣ ਦਾ ਟਾਈਮ ਲੈਂਦੇ ਆਪਾਂ ਨੂੰ ਟਾਈਮ ਹੀ ਨਹੀਂ ਮਿਲਦਾ ਪਹਿਲੀ ਗੱਲ ਤਾਂ ਕਿਉਂਕਿ ਜਿਹੜੇ ਲੋਕ ਮਿਲਣਾ ਚਾਹੁੰਦੇ ਆ ਮੈਨੂੰ ਲੱਗਦਾ ਜਿਹੜੇ ਬੰਦੇ ਪੈਸੇ ਵਾਲੇ ਸ਼ਾਇਦ ਉਹ ਹੀ ਮਿਲ ਸਕਦੇ ਆ ਜਿਹੜਾ ਆਮ ਇਨਸਾਨ ਹੈ ਜਿਹੜਾ ਮਿਹਨਤ ਕਰ ਰਿਹਾ ਉਹ ਉਹਨਾਂ ਕੋਲੇ ਪਹੁੰਚਣਾ ਬਹੁਤ ਔਖਾ ਹੈਗਾ ਤੇ ਮੈਂ ਚਾਹੁੰਦਾ ਕਿ ਮੇਰੀ ਹੈਲਪ ਕਰੀ ਜਾਵੇ ਕਿ ਮੈਂ ਪੰਜਾਬ ਸਰਕਾਰ ਨੂੰ ਮਿਲ ਕੇ ਇਸ ਆਰਟ ਨੂੰ ਮੈਂ ਅੱਗੇ ਸਿਖਾਉਣਾ ਚਾਹਨਾ ਇਹਦੇ 'ਚ ਮੇਰਾ ਕੋਈ ਲਾਲਚ ਨਹੀਂ ਹੈ ਮੈਂ ਕੁਝ ਇਹ ਨਹੀਂ ਮੰਗ ਰਿਹਾ ਕਿ ਮੈਨੂੰ ਪੈਸਾ ਦੇ ਦਿਓ ਮੈਨੂੰ ਖਜ਼ਾਨਾ ਦੇ ਦਿਓ ਮੈਂ ਤਾਂ ਜਿਹੜਾ ਖਜ਼ਾਨਾ ਕਮਾਉਣਾ ਸੀ ਉਹ ਮੈਂ ਆਪਣਾ ਕਮਾ ਲਿਆ ਮੈਂ ਆਪਣਾ ਮਾਣ ਬਣਾ ਲਿਆ ਪਰ ਮੈਂ ਚਾਹੁੰਦਾ ਇਸ ਨੂੰ ਮੈਂ ਅੱਗੇ ਸਿਖਾ ਪਾਵਾਂ ਲੋਕਾਂ ਨੂੰ ਤੇ ਇਹ ਆਰਟ ਮੇਰੇ ਨਾਲ ਹੀ ਨਾ ਖਤਮ ਹੋ ਜੇ ਤੇ ਇਸ ਆਰਟ ਨੂੰ ਜਿਹੜਾ ਇੰਡੀਆ ਦੇ ਵਿੱਚ ਪੂਰਾ ਕਾਮਯਾਬ ਹੋ ਗਿਆ ਮੈਂ ਪੂਰੇ ਵਰਲਡ ਦੇ ਵਿੱਚ ਲੈ ਕੇ ਜਾਣਾ ਚਾਹਨਾ ਜਿਹਦੇ ਬੀਬੀਸੀ ਮੇਰਾ ਵਰਲਡ ਦੇ ਵਿੱਚ ਵੀ ਆਇਆ ਹੋਇਆ ਕਿ ਇਹ ਪੂਰੇ ਵਰਲਡ ਦੇ ਵਿੱਚ ਲੈ ਕੇ ਜਾਵਾਂ ਮੈਂ ਜਿਸ ਤਰ੍ਹਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕਰਕਾ ਰੋਜ਼ਗਾਰ ਦੀ ਗੱਲ ਕਰ ਰਹੀ ਹੈ ਤਾਂ ਲੋਕ ਇਹ ਸਰਕਾਰ ਨੂੰ ਤੁਹਾਡਾ ਇਹ ਪੁੰਡਾ ਤਾਂ ਰੋਜ਼ਗਾਰ ਦੇ ਸਾਧਨ ਜਿਹੜਾ ਜੀ ਬਣ ਸਕਦੇ ਆ ਕਿਉਂਕਿ ਰੋਜ਼ਗਾਰ ਦਾ ਤਾਂ ਕਰਦੇ ਪਏ ਆ ਮੈਨੇ ਵੀ ਉਹਦੇ ਵਿੱਚ ਪਾਤਿਆ ਸੀ ਪਰ ਕੋਈ ਜਵਾਬ ਹੀ ਨਹੀਂ ਆਇਆ ਉਹਨਾਂ ਦਾ ਇਹ ਅਗਰ ਮੈਂ ਲੋਕਾਂ ਨੂੰ ਸਿਖਾਵਾਂਗਾ ਅੱਗੇ ਕਿੰਨੇ ਬੱਚੇ ਸਿੱਖਣਾ ਚਾਹੁੰਦੇ ਆ ਐਮਬਰਾਇਡਰੀ ਤਾਂ ਆਮ ਚੀਜ਼ ਹੈਗੀ ਆ ਨਹੀਂ ਤਾਂ ਉਹਦੇ ਨਾਲ ਅਗਰ ਇਹ ਆਰਟ ਬਣਾਉਣਾ ਨਹੀਂ ਸਿੱਖ ਪਾਉਂਦੇ ਤਾਂ ਆਪਣੇ ਘਰ ਦਾ ਖਰਚਾ ਤਾਂ ਚਲਾ ਸਕਦੇ ਆ ਨਾ ਐਮਬਰਾਇਡਰੀ ਦੇ ਨਾਲ ਸਟਿਚਿੰਗ ਦੇ ਨਾਲ ਉਹ ਤਾਂ ਚਲਾ ਸਕਦੇ ਆ ਨਾ ਕਿਉਂਕਿ ਕੰਮ ਇੱਕ ਵਿਲੱਖਣ ਕੰਮ ਹੈ ਅਗਰ ਮੈਂ ਇਕੱਲਾ ਕਰ ਰਿਹਾ ਨੂੰ ਇੰਨਾ ਟਾਈਮ ਲੱਗਦਾ ਅਗਰ ਵਿੱਚ ਮੈਂ 10 ਲੋਕ ਨਾਲ ਮਿਲ ਕੇ ਕਰਨਗੇ ਤਾਂ ਉਹ ਜਲਦੀ ਬਣੇਗਾ ਮੇਰੇ ਕੋਲ ਤਾਂ ਆਰਡਰ ਜਿਹੜੇ ਆਣਗੇ ਉਹ ਵੀ ਬਣਾਉਣਗੇ ਪਰ ਉਹਦੀ ਮਦਦ ਤਾਂ ਹੋਏਗੀ ਜੇ ਸਰਕਾਰ ਮੇਰੀ ਮਦਦ ਕਰੇਗੀ ਮੈਂ ਤਾਂ ਜਿੰਨਾ ਹੋ ਸਕਦਾ ਆਪਣੇ ਵੱਲੋਂ ਟਾਈਮ